ਕੀ ਕਹਿਣਾ ਚਾਹੁੰਦੇ ਅੱਜ ਗ੍ਰਾਮ ਪੰਚਾਇਤ ਕਟਾਰੂ ਚੱਕ ਵੱਲੋਂ 60 ਲਾਭਪਾਤਰੀਆਂ ਨੂੰ ਪਲਾਟ ਅਲਾਟ ਕੀਤੇ ਗਏ ਆ ਸੋ ਇਹ ਗ੍ਰਾਮ ਪੰਚਾਇਤ ਕਟਾਰੂ ਚੱਕ ਦੀ ਜਿਹੜੀ ਜ਼ਮੀਨ ਹੈ ਉਸ ਜ਼ਮੀਨ ਦੇ ਵਿੱਚੋਂ ਹਰ ਪਰਿਵਾਰ ਨੂੰ 5-5 ਮਰਲੇ ਦਾ ਪਲਾਟ ਦਿੱਤਾ ਗਿਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਗਰੀਬ ਲੋਕਾਂ ਨੂੰ ਔਰ ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਕੋਈ ਜਗ੍ਹਾ ਖਰੀਦਣ ਦੇ ਲਈ ਘਰ ਨਹੀਂ ਬਣਾ ਸਕਦੇ ਸੋ ਭਾਵੇਂ ਉਹ ਕਿਸੇ ਵੀ ਜਾਤੀ ਬਰਾਦਰੀ ਧਰਮ ਦੇ ਨਾਲ ਸੰਬੰਧਿਤ ਹੈਗਾ ਆ ਅੱਜ 60 ਪਲਾਟ ਗ੍ਰਾਮ ਪੰਚਾਇਤ ਕਟਾਰੂ ਚੱਕ ਨੇ ਜਿਹੜੇ ਆ ਉਹ ਵੰਡੇ ਆ ਆਪਣੇ ਪਿੰਡ ਦੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਲੋੜਵੰਦ ਸਨ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿਹਨਾਂ ਨੂੰ ਪਲਾਟ ਮਿਲੇ ਆ ਜੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਵੀ ਮੈਂ ਆਸ ਕਰਦਾ ਕਿ ਬਹੁਤ ਜਲਦੀ ਇਹਨਾਂ ਪਲਾਟਾਂ ਦੇ ਉੱਤੇ ਆਪਣੇ ਮਕਾਨਾਂ ਦੀ ਸਾਰੀ ਕਰਨਗੇ ਕਿਉਂ ਜੋ ਇਹ ਰਿਹਾਇਸ਼ੀ ਪਲਾਟ ਲੋਕਾਂ ਨੂੰ ਦਿੱਤੇ ਗਏ ਆ ਸੋ ਇਹਦਾ ਨਾ ਤਾਂ ਕੋਈ ਅੱਗੇ ਵੇਚ ਸਕੇਗਾ ਨਾ ਇਹਨੂੰ ਤਬਦੀਲ ਕਰ ਸਕੇਗਾ ਸੋ ਬਹੁਤ ਹੀ ਸ਼ਾਨਦਾਰ ਵੱਡੀਆਂ ਜਿਹੜੀਆਂ ਨੇ ਇੱਥੇ ਉਹ ਸੜਕਾਂ ਦੇ ਵਿੱਚ ਛੱਡੀਆਂ ਗਈਆਂ ਆ ਸੋ ਮੈਂ ਸਭ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਵਧਾਈਆਂ ਨੇ ਸੋ ਇਸ ਪਿੰਡ ਦਾ ਜਿੰਨਾ ਵੀ ਕਰਜ਼ ਉਤਾਰ ਲਈ ਉਹਨਾਂ ਥੋੜ੍ਹਾ ਇਸ ਪਿੰਡ ਨੇ ਮੈਨੂੰ ਬੜਾ ਬੂਸਟ ਕੀਤਾ ਹਰ ਟਾਈਮ ਸੋ ਅੱਜ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਮੈਂ ਉਹਨਾਂ ਨੂੰ ਪਲਾਟ ਵੰਡੇ ਆ ਔਰ ਹਰ ਤਬਕੇ ਹਰ ਭਾਈਚਾਰੇ 'ਚੋਂ ਜਿਹੜੇ ਲੋੜਵੰਦ ਬੰਦੇ ਉਹਨਾਂ ਦੀ ਸ਼ਨਾਖਤ ਕਰਕੇ ਪੰਚਾਇਤ ਨੇ ਅੱਜ 60 ਪਲਾਟ ਗ੍ਰਾਮ ਪੰਚਾਇਤ ਕਟਾਰੂ ਚੱਕ ਦੀ ਅਗਵਾਈ ਦੇ ਵਿੱਚ ਔਰ ਮੈਂ ਬਸ ਮੁਬਾਰਕਾਂ ਵੀ ਅਤੇ ਨਾਲ ਉਹਨਾਂ ਨੂੰ ਇਸ ਗੱਲ ਦੀ ਹਦਾਇਤ ਵੀ ਕਰ ਰਿਹਾ ਕਿ ਜਿੰਨੀ ਜਲਦੀ ਹੋਵੇ ਇੱਥੇ ਮਕਾਨ ਦੀ ਸਾਰੀ ਕਰ ਦਿੱਤੀ ਜਾਵੇ ਮੈਂ ਪਹਿਲੇ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਅੱਜ ਬਹੁਤ ਖੁਸ਼ ਹਾਂ ਜੋ ਮੈਂ ਆਪਣੇ ਪਿੰਡ ਨੂੰ ਪਲਾਟ ਵੰਡੇ ਨਾ ਇਹਨਾਂ ਨੂੰ ਪਹਿਲੇ ਜਿਨ੍ਹਾਂ ਨੂੰ ਪਲਾਟ ਮਿਲੇ ਨਾ ਸਭ ਤੋਂ ਪਹਿਲਾਂ ਮੇਰੇ ਇਨਕੋ ਮੁਬਾਰਕਾਂ ਔਰ ਬੜੀ ਖੁਸ਼ੀ ਹੈ ਜੋ ਜਿਹੜੇ ਪਲਾਟ ਵੰਡੇ ਨੇ ਜਲਦੀ ਜਲਦੀ ਲੋਕ ਆਪਣੇ ਘਰਾਂ ਦੀ ਸਵਾਰੀ ਕਰਨ ਜਲਦੀ ਬਣਾਉਣ ਔਰ ਇਹਨਾਂ ਵਿੱਚ ਪਲਾਟਾਂ ਵਿੱਚ ਮਕਾਨਾਂ ਵਿੱਚ ਰਹਿਣ ਅਤੇ ਖੁਸ਼ੀ ਖੁਸ਼ੀ ਦਾ ਮੌਕਾ ਮਿਲੇ ਸਾਲ ਤੋਂ ਇਹ ਪਲਾਟ ਰੁਕੇ ਹੋਏ ਜੀ ਸਾਨੂੰ ਹੁਣ ਮਿਲੇ ਆ ਅਸੀਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਕਰੀ ਹੈ ਕਿ ਜਿਹੜਾ ਸਾਨੂੰ ਇਹਨਾਂ ਨੇ ਪਲਾਟ ਦਿੱਤਾ ਅਤੇ ਅਸੀਂ ਮਕਾਨ ਬਣਾਈਏ ਇੱਥੇ ਰੁਕੇ ਅਸੀਂ ਬਹੁਤ ਇਹਨਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂਜੀ ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਮੰਤਰੀ ਸਾਹਿਬ ਨੇ ਅੱਜ ਪਲਾਟ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਰਪੰਚ ਸਾਹਿਬ ਦਾ ਵੀ ਅਤੇ ਮੰਤਰੀ ਸਾਹਿਬ ਦਾ